ਸੁਸ਼ੀਲ ਰਿੰਕੂ ਨਿਊਜ਼ 18 ਤੇ ਜੁੜੇ। ਰਿੰਕੂ ਸਾਹਿਬ ਬੀਜੇਪੀ ਚ ਸ਼ਾਮਲ ਹੋਏ ਔਰ ਬੀਜੇਪੀ ਨੇ ਹੁਣ ਜਲੰਧਰ ਤੋਂ ਤੁਹਾਨੂੰ ਉਮੀਦਵਾਰ ਬਣਾਇਆ, ਫਸਟ ਰਿਐਕਸ਼ਨ ਤੁਹਾਡਾ ਨਿਊਜ਼ 18 ਤੇ ਜਾਣਨਾ ਚਾਹਾਂਗੇ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਪ੍ਰਧਾਨ ਮੰਤਰੀ ਸਾਹਿਬ ਦਾ, ਨਰਿੰਦਰ ਮੋਦੀ ਜੀ ਦਾ ਔਰ ਰਾਸ਼ਟਰੀ ਅਧਿਅਕਸ਼ ਜੇਪੀ ਨੱਡਾ ਜੀ ਦਾ ਔਰ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦਾ ਔਰ ਸਾਡੇ ਸੂਬੇ ਦੇ ਪ੍ਰਧਾਨ ਸੁਨੀਲ ਜਾਖੜ ਜੀ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ 'ਤੇ ਇਸ ਗੱਲ ਦਾ ਵਿਸ਼ਵਾਸ ਜਤਾਇਆ ਕਿ ਜਲੰਧਰ ਤੋਂ ਮੈਨੂੰ ਜਿਹੜੀ ਟਿਕਟ ਦੇ ਕੇ ਮਾਣ ਬਖਸ਼ਿਆ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ। ਤੁਸੀਂ ਮੌਜੂਦਾ ਮੈਂਬਰ ਪਾਰਲੀਮੈਂਟ ਹੋ ਆਮ ਆਦਮੀ ਪਾਰਟੀ ਦੇ, ਤਾਂ ਕਿੰਨਾ ਤੁਹਾਡੇ ਲਈ ਚੈਲੰਜ ਰਹੇਗਾ ਹੁਣ ਬੀਜੇਪੀ ਦੇ ਲਈ ਇਹ ਸੀਟ ਜਿੱਤਣੀ? ਦੇਖੋ, ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਤਰੱਕੀ ਹੋਈ ਹੈ, ਦੇਸ਼ ਨੇ ਤਰੱਕੀ ਕੀਤੀ, ਦੇਸ਼ ਨੇ ਵਧਿਆ, ਚਾਹੁੰਦਾ ਕਿ ਫਿਰ ਵੀ ਉਸ ਤਰੱਕੀ ਦਾ ਹਿੱਸਾ ਬਣੇ। ਲੋਕ ਹੈ ਜਿਹੜੇ ਇਸ ਗੱਲ ਦੀ ਉਡੀਕ ਕਰ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਆਪਣੇ ਬਲਬੂਤੇ ਦੇ ਉੱਤੇ ਜਿਹੜੀ ਹੈ ਚੋਣ ਮੈਦਾਨ ਦੇ ਵਿੱਚ ਆਵੇ। ਸੋ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਸਾਹਿਬਾਨ ਕਾਰਿਆਕਰਤਾ, ਉਹਨਾਂ ਦੀ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਇਆ ਪਾਰਟੀ ਨੇ ਜਿਹੜਾ ਇਕੱਲੇ ਚੋਣ ਲੜਨ ਦਾ ਫੈਸਲਾ ਲਿਆ ਸੀ, ਤਾਂ ਕਾਰਿਆਕਰਤਾ ਔਰ ਲੀਡਰ ਸਾਹਿਬਾਨਾਂ ਦੇ ਵਿੱਚ ਬੜਾ ਜੋਸ਼ ਹੈ ਔਰ ਆਮ ਆਦਮੀ ਪਾਰਟੀ ਤੁਹਾਨੂੰ ਨਿਸ਼ਾਨੇ 'ਤੇ ਲੈ ਰਹੀ ਹੈ। ਕੱਲ ਜਦੋਂ ਅਸੀਂ ਜਲੰਧਰ ਪਹੁੰਚੇ ਸੀ ਤਾਂ ਬਹੁਤ ਬੜੇ ਬੜਾ ਹੁੰਮ ਹੁਮਾ ਕੇ ਜਿਹੜਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਿਆਕਰਤਾ ਵੱਲੋਂ ਕੀਤਾ ਗਿਆ। ਤੁਹਾਡੀ ਪੁਰਾਣੀ ਪਾਰਟੀ ਤੁਹਾਨੂੰ ਨਿਸ਼ਾਨੇ ਤੇ ਲੈ ਰਹੀ ਹੈ? ਦੇਖੋ, ਗੱਲ ਹੈ ਕਿ ਇਹ ਤਾਂ ਪੋਲੀਟੀਕਲ ਗੱਲਾਂ ਹੁੰਦੀਆਂ ਤਾਂ ਕਰਨਗੇ, ਉਹ ਤਾਂ ਚੱਲਦਾ ਹੀ, ਕੋਈ ਪ੍ਰੋਬਲਮ ਨਹੀਂ। ਪਰ ਲੋਕਾਂ ਨੂੰ ਪਤਾ ਕਿ ਮੈਂ ਹਮੇਸ਼ਾ ਜਲੰਧਰ ਦੇ ਲੋਕਾਂ ਦੇ ਲਈ ਖੜਾ ਹੋਇਆ, ਜਲੰਧਰ ਦੀ ਸੇਵਾ ਕੀਤੀ ਔਰ ਮੈਨੂੰ ਇਸ ਗੱਲ ਦਾ ਪੂਰਾ